ਜ਼ਿਲ੍ਹਾ ਜਲੰਧਰ ਦੇ ਪਿੰਡ ਢਿੰਗਰੀਆਂ ਵਿਖੇ ਗੁਰਦੁਆਰਾ 61 ਸੰਤ ਬਾਬਾ ਪਾਖਰ ਸਿੰਘ ਜੀ ਢਿੰਗਰੀਆਂ ਵਾਲਿਆਂ ਵੱਲੋਂ 37ਵਾਂ ਸੰਤ ਸਮਾਗਮ ਗੱਦੀ ਨਸ਼ੀਨ 68 ਬਾਬਾ ਬਲਵੰਤ ਸਿੰਘ ਜੀ ਦੀ ਰੇਖ ਦੇਖ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਸੰਤ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਪੰਜਾਬ ਦੇ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ ਹਾਜ਼ਰ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਟੁੱਟ ਵਰਤਾਇਆ ਗਿਆ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼ ਦੇ ਨਾਲ ਸੁਰਜੀਤ ਸਿੰਘ। ਚਰਨਾਂ ਤੇ ਡਿੱਗ ਕੇ ਕੁਰਸੀ ਛੱਡ ਕੇ ਕਹਿੰਦਾ, ਪਾਖਰ ਸਿੰਘ ਤੇਰੀ ਪੱਗ ਦੇ ਤੇਜ ਭਾਵੇਂ ਜਿਉਂ ਜਿਉਂਦੀ ਹੁਣ ਮੈਨੂੰ ਮਨਜ਼ੂਰ ਹੈ, ਪਰ ਮੈਨੂੰ ਬਖਸ਼ ਦੇ, ਤੇਰੀ ਬੰਦਗੀ ਜਾਦੇ ਹੈ, ਤੇਰੀ ਬੰਦਗੀ ਦੇ ਮੂਹਰੇ ਮੇਰੀ ਪੇਸ਼ ਨਹੀਂ ਮੇਰੀ ਸਾਰੀ ਰਾਤ ਨਾਲ ਸ਼ਰਧਾ ਹੈ। ਤੇ ਗੁਰੂ ਕੇ ਪੈਰੋਂ ਇਹੀ ਅੰਕ ਹੈ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿ ਮੈਂ ਸਿੱਖ ਦੇ ਮੀਰੀ ਔਰ ਪੀਰੀ ਭਰ ਦਿਆਂਗਾ। ਮੀਰੀ ਕਿੰਨੀ ਕੁ? ਕਹਿੰਦੇ ਇੱਕ ਵਾਰ ਪਾਖਰ ਸਿੰਘ ਹੋਣੀ ਪੜਤਾਂ ਦੇ ਵਿੱਚ ਤੇ ਵਨ ਟਨ ਗੱਡੀ ਜਿਹੜੀ ਹੈ ਉਹ ਪੰਚਰ ਹੋ ਗਈ। ਸਭ ਕਹਿਣ ਲੱਗਾ ਵੀ ਇਹ ਗੱਡੀ ਜਿਹੜੀ ਪੰਚਰ ਹੋ ਗਈ ਇਹਦਾ ਟਾਇਰ ਬਦਲਦਾ, ਜਿੱਕ ਚਾਹੀਦਾ। ਕਹਿੰਦੇ ਜਿੱਕ ਦੀ ਕੀ ਲੋੜ ਹੈ, ਮੇਰੀ ਪਿੱਠ 'ਚ ਇੱਕ ਕੰਬਲ ਰੱਖੋ, ਮੈਂ ਗੱਡੀ ਚੁੱਕ ਲਿਆ। ਇਹੋ ਜਿਹਾ ਸਰੀਰ ਜਿਹਦਾ ਨਾਮ ਜਪਿਆ ਮਾਲੀ ਦੀ ਕੀਤੀ ਤੇ ਅਰਜ਼ ਕਰਾਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਕਿ ਸ਼ਸਤਰਾਂ ਦੇ ਨਾਲ ਮੈਂ ਸਿੱਖ ਨੂੰ ਮੀਰੀ ਦੇ ਦੇਣੀ ਹੈ। ਅੱਜ ਮੈਂ ਇੱਕ ਅਪਮਾਨ ਦੇ ਨਾਲ ਕਹਿ ਸਕਦਾ ਕਿ ਸਾਡੇ ਇਸ ਨਗਰ ਦੇ ਜਿਹੜੇ ਫੌਜੀ ਨੇ, ਤੁਸੀਂ ਪੂਰੇ ਪਿੰਡ ਦੇ ਵਿੱਚ ਘੁੰਮ ਕੇ ਵੇਖੋ, ਇਹਨਾਂ ਨੇ ਇੰਨਾ ਕੁ ਸੁਧਾਰ ਕਰ ਦਿੱਤਾ ਹੈ, ਇਹਨਾਂ ਨੇ ਇੰਨਾ ਕੁ ਸੁਧਾਰ ਕੀਤਾ ਹੈ ਕਿ ਨੰਬਰ ਵਨ ਪਿੰਡ ਮੈਂ ਕਹਿ ਸਕਦਾ ਕਿਤੇ ਮੱਛਰ ਕਿਤੇ ਮੱਖੀ ਕਿਤੇ ਵੀ ਗੰਦਗੀ ਪਿੰਡ ਵਿੱਚ ਨਹੀਂ ਮਿਲਦੀ। ਕਾਰਨ ਇਹ ਬਾਬਾ ਪਾਖਰ ਸਿੰਘ ਹੋਰਾਂ ਦੇ ਨਾਲ ਦੇ ਵੈਲਫੇਅਰ ਸੁਸਾਇਟੀ ਦੇ ਸਾਰੇ ਜਿੰਨੇ ਵੀ ਸੱਜਣ ਨੇ ਉਹਨਾਂ ਦਾ ਸਹਿਯੋਗ ਹੈ। ਅਤੇ ਅੱਜ ਕਰਨ ਲੱਗਿਆ ਮੀਰੀ ਉਹਨਾਂ ਲੋਕਾਂ ਦੇ ਕੰਮ ਚੁੰਮਦੀ ਹੈ ਜਿਹੜੇ ਸਰੀਰਕ ਤੌਰ 'ਤੇ ਫਿੱਟ ਅਤੇ ਸ਼ਸਤਰਾਂ ਨਾਲ ਪਿਆਰ ਕਰਦੇ ਨੇ। ਅਤੇ ਸਤਿਗੁਰਾਂ ਨੇ ਆਖਿਆ ਸੀ ਮੈਂ ਸ਼ਸਤਰਾਂ ਦੇ ਨਾਲ ਮੀਰ ਦੀ ਮੀਰੀ ਖਿੱਚ ਕੇ ਸਿੱਖ ਦੀ ਝੋਲੀ ਪਾ ਦੇਣੀ ਹੈ, ਔਰ ਸ਼ਬਦ ਦੀ ਪ੍ਰੀਤ ਕਰਕੇ ਮੈਂ ਪੀਰਾਂ ਦੀ ਪੀਰੀ ਜਿਹੜੀ ਬਖਸ਼ ਦਿੱਤਾ ਪੰਜਵੇਂ ਪਾਤਸ਼ਾਹ ਤੈਥੋਂ ਬਲਿਹਾਰ ਜਾਈਏ ਚਿੱਤ ਲਾ ਕੇ ਸਿਮਰੀਏ ਜੇ ਸੁਖਮਨੀ ਲੰਘ ਭਵ ਸਾਗਰ ਤੋਂ ਪਾਰ ਜਾਈਏ ਲੰਘ ਭਵ ਸਾਗਰ ਤੋਂ ਪਾਰ ਜਾਈਏ ਸੁੱਖਾਂ ਦੀ ਮਣੀਆਂ ਤੇਰੇ ਕੋਲ ਜਪ ਲੈ ਮਨਾ ਤੂੰ ਸੁਖ ਮਨੀ ਸੁੱਖਾਂ ਦੀ ਮਣੀ ਤੇਰੇ ਕੋਲ ਜਪ ਲੈ ਮਨਾ ਤੂੰ ਸੁਖ ਮਨੀ ਐਵੇਂ ਨਾ ਤੂੰ ਡੋਲ ਐਵੇਂ ਨਾ ਤੂੰ ਡੋਲ ਜਪ ਲੈ ਮਨਾ ਤੂੰ ਸੁਖ